ਹਾਂ ਦੇਖੋ ਜਿਹੜੀ ਲਾਈਨ ਹੈਗੀ ਆ ਨਾ ਉਹ 250 ਗਜ਼ ਦੀ ਲਾਈਨ ਆ। ਅੱਛਾ ਜੀ। ਸਾਰੀ 250 ਗਜ਼ ਦੀ ਲਾਈਨ ਆ। ਠੀਕ ਹੈ। ਅਤੇ ਫਰੰਟ ਸਾਰਿਆਂ ਦਾ ਹੈਗਾ 25-25 ਫੁੱਟ। ਠੀਕ ਹੈ। ਅਤੇ ਆਹ ਆਪਣੇ ਕੋਲ ਜਿਹੜੇ 180 ਗਜ਼ ਦੀ ਲਾਈਨ ਆ। ਓਕੇ। ਹਾਂ ਵਧੀਆ ਰੈਸੀਡੈਂਸ਼ੀਅਲ ਪਲੋਟ ਹੈਗੇ ਆ, ਬਹੁਤ ਵਧੀਆ ਪਲੋਟ ਆ। ਅਤੇ ਜਿਹੜੀ ਕਲੋਨੀ ਸਾਰੀ ਅਪਰੂਵਡ ਕਲੋਨੀ ਆ। ਓਕੇ। ਅਤੇ ਕੋਈ NOC ਵਗੈਰਾ ਦਾ ਕੋਈ ਦਿੱਕਤ ਨਹੀਂ ਆ, ਬਹੁਤ ਵਧੀਆ ਕਲੋਨੀ ਆ। ਹਾਂ NOC ਦਾ ਹੋਵੇ ਬਾਈ, ਨਹੀਂ ਤਾਂ ਬਹੁਤ ਦਿੱਕਤ ਆਉਂਦੀ ਹੈ ਯਾਰ। ਹਾਂ ਨਹੀਂ ਉਹ ਬਹੁਤ ਸਭ ਕੁਛ ਓਕੇ ਆ ਜੀ, ਸਭ ਕੁਛ ਅਪਰੂਵਡ ਆ। ਮੈਂ ਦੇ ਦਿੰਦਾ ਲਓ। ਅੱਛਾ ਵੱਧ ਲੈਣੇ ਆ। ਹਲੋ ਕੀ ਲੈਣਾ, ਕੀ ਲੈਣਾ, ਪੈਸੇ ਲੈਣੇ, ਕੁਛ ਖਾਣਾ? ਇਹ ਵੀ ਯਾਰ ਰੱਬ ਦੇ ਰੰਗ ਆ, ਠੀਕ ਆ ਨਾ, ਸਮੇਂ ਦਾ ਕੁਛ ਪਤਾ ਨਹੀਂ ਹੁੰਦਾ, ਬਾਕੀ ਰੱਬ ਜਾਣਦਾ ਜੀ। ਮੈਂ ਜਾਣਦਾ ਇਹਨਾਂ ਨੂੰ। ਅੱਛਾ ਜੀ। ਕਿਵੇਂ? ਸਾਡੇ ਮੁਹੱਲੇ 'ਚ ਹੀ ਰਹਿੰਦੀ ਹੈ। ਅੱਛਾ ਜੀ। ਬਹੁਤ ਪੜ੍ਹੀ ਲਿਖੀ ਆ, ਇੱਕ ਸਮੇਂ 'ਚ ਟੀਚਰ ਹੁੰਦੀ ਸੀਗੀ। ਅਤੇ ਫਿਰ ਇਹ ਪਾਗਲ ਕਿਵੇਂ ਹੋਏ? ਪਾਗਲ ਇੱਦਾਂ ਹੋਈ, ਇਹ ਵਿਚਾਰੀ ਦੇ ਨਾ ਔਲਾਦ ਨਹੀਂ ਹੁੰਦੀ ਸੀ। ਅੱਛਾ ਜੀ। ਬੜੀਆਂ ਸੁੱਖਾਂ ਸੁੱਖ ਸੁੱਖ ਇਹਨੇ ਨਾ ਮੁੰਡਾ ਲਿਆ। ਮੁੰਡਾ ਵੀ ਕਾਹਦਾ ਲਿਆ, ਉਹ ਇਹਦੀ ਜਾਨ ਹੀ ਹੁੰਦੀ ਸੀ। ਮਾੜਾ ਜਿਹਾ ਉਹਨੂੰ ਕੁਛ ਹੋ ਜਾਂਦਾ ਨਾ ਤਾਂ ਇਹਦੀ ਆਪਣੀ ਜਾਨ ਨਿਕਲ ਜਾਂਦੀ ਸੀ। ਜਿਵੇਂ ਜਿਵੇਂ ਇਹ ਵੱਡਾ ਹੁੰਦਾ ਗਿਆ, ਇਹਦੀਆਂ ਖੁਆਇਸ਼ਾਂ ਪੂਰੀਆਂ ਕਰਦੀ ਸੀ। ਇੱਕ ਵਾਰੀ ਚੀਜ਼ ਮੰਗਦਾ ਸੀ ਨਾ, ਨਾਲ ਹੀ ਲਿਆ ਕੇ ਦੇ ਦਿੰਦੀ ਸੀ। ਫਿਰ ਜਦੋਂ ਮਾੜਾ ਜਿਹਾ ਵੱਡਾ ਹੋਇਆ, ਇਹਦਾ ਨਾ ਜਨਮ ਦਿਨ ਆਇਆ। ਮੰਮੀ ਜੀ, ਮੰਮੀ ਜੀ। ਹਾਂ ਪੁੱਤ, ਦੱਸ ਕੀ ਕੰਮ ਹੈ ਤੈਨੂੰ? ਤੁਹਾਨੂੰ ਨਹੀਂ ਪਤਾ ਅੱਜ ਕੀ ਹੈ? ਅੱਜ ਕੀ ਹੈ? ਅੱਜ ਮੇਰਾ ਜਨਮ ਦਿਨ ਹੈ। ਹਾਂ ਪਤਾ ਮੈਨੂੰ, ਅੱਜ ਤੇਰਾ ਜਨਮ ਦਿਨ ਹੈ। ਤੇ ਮੇਰਾ ਗਿਫਟ ਕਿੱਥੇ ਹੈ? ਅੱਛਾ, ਮੈਨੂੰ ਪਤਾ ਸੀ ਕਿ ਤੂੰ ਜਨਮ ਦਿਨ ਤੇ ਮੇਰੇ ਕੋਲੋਂ ਗਿਫਟ ਮੰਗੇਗਾ। ਰੁਕ ਇੱਕ ਮਿੰਟ। ਅੱਲਾ ਤੇਰੇ ਜਨਮ ਦਿਨ ਦਾ ਗਿਫਟ ਬੁਲਟ, ਤੂੰ ਬੁਲਟ ਬੁਲਟ ਦਾ ਰੋਲਾ ਪਾਉਂਦਾ ਸੀ, ਲੈ ਫੜ। ਵਾਹ ਮੰਮੀ ਜੀ ਬੁਲਟ, ਆ ਤੁਸੀਂ ਕਮਾਲ ਹੀ ਕਰਤੀ। ਆਇਆ ਫਿਰ ਮੈਂ ਗੇੜਾ ਕੱਢ ਕੇ। ਠੀਕ ਹੈ। ਆਏ ਬੁਲਟ, ਆਹਦੇ ਮਾਤਾ ਨੇ ਖੁਸ਼ ਹੀ ਕਰਤਾ ਮੈਨੂੰ, ਹੁਣ ਆਏਗਾ ਮਜ਼ਾ, ਚਲਾ ਕੇ ਵੇਖਾਂ ਭਲਾ। ਜੀ ਦੀ ਰਹਿ ਮਾਤਾ। ਉਸ ਤੋਂ ਬਾਅਦ ਫਿਰ ਮਾੜੀ ਸੰਗਤ 'ਚ ਬਹਿ ਗਿਆ। ਫਿਰ ਇਹਨੇ ਆਪਣੇ ਵਾਲ ਵੀ ਕਟਵਾ ਲਏ। ਅੱਜ ਤਾਂ ਵਾਢੀ ਦੇਣਾ ਫਾ, ਲਵਾ ਦੇਣੇ ਸਾਰੇ, ਬਣਦਾ ਹੀ ਰੋਹਾਂ ਕਢਾ ਗਿਆ ਮਾਲਿਕ ਜੈਂਸ ਵਾਲਾ, ਆਹੀ ਲੱਗਦਾ ਮੈਨੂੰ, ਇੱਥੋਂ ਕਟਾਉਂਦੇ ਵਾਲ। ਫਿਰ ਵਾਲ ਕਟਵਾਉਣ ਤੋਂ ਬਾਅਦ ਨਾ ਇਹ ਨਸ਼ੇ ਵੀ ਕਰਨ ਲੱਗ ਗਿਆ। ਦੁਖੀ ਕਰ ਲਿਆ ਇਸ ਮੁੰਡੇ ਨੇ। ਹੈਰੀ ਹੁਣ ਤੂੰ ਸਵੇਰੇ ਸਵੇਰੇ ਸ਼ੁਰੂ ਹੋ ਗਿਆ, ਬਿਲਕੁਲ ਸ਼ਰਮ ਲਾਈ ਪਈ ਆ ਤੂੰ, ਬਹੁਤ ਜ਼ਿਆਦਾ ਵਿਗੜ ਗਿਆ ਤੂੰ। ਜਾਓ ਮੰਮੀ ਜੀ, ਆਪਣਾ ਕੰਮ ਕਰੋ, ਮੈਨੂੰ ਤੰਗ ਨਾ ਕਰੋ। ਤੰਗ ਮੈਂ ਕੀਤਾ ਕਿ ਤੰਗ ਤੂੰ ਕੀਤਾ ਹੋਇਆ ਸਾਨੂੰ? ਦਿਨੋ ਦਿਨ ਤੇਰੀ ਸ਼ਰਾਬ ਵੱਧੀ ਜਾਂਦੀ ਆ, ਦੁਖੀ ਕੀਤਾ ਪਿਆ ਤੂੰ ਸਾਨੂੰ, ਪਤਾ ਨਹੀਂ ਕੀ ਬਣੇਗਾ ਤੇਰਾ। ਹਾਂ ਸੁੱਖ ਸੁੱਕੇ ਇਹਨੂੰ ਲਿੱਤਾ, ਐਡਾ ਪਾਲ ਪੋਸ ਕੇ ਵੱਡਾ ਕੀਤਾ ਤੇ ਆਹ ਨਤੀਜਾ ਦੇ ਰਿਹਾ ਸਾਨੂੰ, ਇਹ ਕੀ ਕਰੇ ਬੰਦਾ। ਪਤਾ ਨਹੀਂ ਕਿਹੜੀ ਗਲਤ ਸੰਗਤ 'ਚ ਪੈ ਗਿਆ ਇਹ, ਦਿਮਾਗ ਖਰਾਬ ਕਰਕੇ ਧਰਿਆ ਇਸਨੇ। ਇੱਕ ਦਿਨ ਪਤਾ ਕੀ ਹੋਇਆ, ਆਪਣੀ ਮਾਂ ਨਾਲ ਲੜ ਪਿਆ ਬਹੁਤ ਜ਼ਿਆਦਾ। ਮੰਮੀ ਜੀ। ਹਾਂ ਦੱਸ। ਮੰਮੀ ਜੀ ਪੈਸੇ ਚਾਹੀਦੇ 2000 ਰੁਪਈਏ। 2000 ਰੁਪਈਆ? ਤੂੰ ਕੀ ਕਰਨਾ 2000 ਰੁਪਈਆ? ਮੰਮੀ ਜੀ ਮੈਨੂੰ ਲੋੜ ਆ, ਇਹ ਨਾ ਪੁੱਛੋ ਕਿੱਥੇ ਵਰਤਨੇ ਆ, ਤੁਸੀਂ ਬਸ ਪੈਸੇ ਦਿਓ।
ਮੈਨੂੰ ਪਤਾ ਤੈਨੂੰ ਪੈਸੇ ਕਿਸ ਲਈ ਚਾਹੀਦੇ ਆ। ਮੈਂ ਨਾ ਤੈਨੂੰ ਇੱਕ ਰੁਪਈਆ ਨਹੀਂ ਦੇਣਾ, ਜਾ ਚਲਾ ਜਾ ਇੱਥੋਂ। ਨਹੀਂ ਦੇਣੇ ਨਾ ਤੁਸੀਂ ਪੈਸੇ, ਮੈਨੂੰ ਪਤਾ ਪੈਸੇ ਕਿੱਥੇ ਪਏ ਆ, ਕਰਦਾ ਬੇਨਤੀਆਂ। ਤੂੰ ਨਾ ਮੇਰੀ ਅਲਮਾਰੀ ਨੂੰ ਹੱਥ ਨਾ ਲਾਈ, ਮੈਂ ਤੈਨੂੰ ਦੱਸਾਂ। ਛੱਡ ਦੇ ਮੇਰੇ ਪੈਸੇ, ਛੱਡ ਦੇ ਮੇਰੇ ਪੈਸੇ। ਗੁੱਸੇ ਹੋ ਕੇ ਘਰੋਂ ਨਿਕਲ ਗਿਆ ਗੇ। ਅੱਛਾ ਜੀ, ਤੇ ਵਾਪਸ ਹੀ ਨਹੀਂ ਆਇਆ ਫਿਰ। ਅੱਛਾ ਜੀ, ਉੱਥੇ ਫਿਰ ਕਿੱਧਰ ਚਲਾ ਗਿਆ ਸੀ? ਜੇ ਤੁਸੀਂ ਪੁੱਛ ਹੀ ਲਿਆ ਹੁਣ ਤੇ ਮੈਂ ਤੁਹਾਨੂੰ ਦੱਸਦਾ ਸਾਰੀ ਕਹਾਣੀ। ਸਤਿ ਸ਼੍ਰੀ ਅਕਾਲ ਭੂਆ ਜੀ, ਠੀਕ ਠਾਕ ਜੀ? ਸਤਿ ਸ਼੍ਰੀ ਅਕਾਲ ਹੈਰੀ ਪੁੱਤ, ਕੀ ਹਾਲ ਹੈ? ਠੀਕ ਹੈ ਜੀ, ਉਹਦੇ ਨੂੰ ਭੈਣ ਠੀਕ ਠਾਕ। ਅੱਜ ਕਿੱਧਰ ਭੂਆ ਦੀ ਤੈਨੂੰ ਯਾਦ ਆ ਗਈ? ਭੂਆ ਜੀ ਮੰਮਾ ਨਾ ਠੀਕ ਨਹੀਂ ਹੈਗੇ, ਮੈਂ ਗਗਨ ਨੂੰ ਲੈਣ ਆਇਆ ਸੀ ਅੱਜ। ਅੱਛਾ, ਕੀ ਹੋਇਆ ਮੰਮਾ ਨੂੰ ਫਿਰ? ਬਸ ਕੁਝ ਨਹੀਂ, ਉਹ ਬੀਪੀ ਜਿਹਾ ਲੋ ਹੋ ਗਿਆ ਸੀ ਥੋੜ੍ਹਾ ਜਿਹਾ। ਅੱਛਾ, ਅਤੇ ਲੈ ਜਾ ਫਿਰ ਮੈਂ ਗਗਨ ਨੂੰ। ਚੱਲ ਲੈ ਜਾ, ਚਾਹ ਤਾਂ ਪੀ ਜਾ ਫਿਰ। ਨਹੀਂ ਬਸ ਚਾਹ ਨਹੀਂ, ਟਾਈਮ ਹੈ ਨਹੀਂ। ਚੱਲ ਗਗਨ, ਚੱਲੀਏ ਫਿਰ ਆਪਾਂ। ਚੱਲ ਚੱਲ ਜਾ ਪੁੱਤ, ਚੱਲ ਚੱਲ ਆ ਜਲਦੀ ਆ। ਇੱਕ ਮਿੰਟ ਪੁੱਤਰ, ਇੱਥੇ ਰੁਕ ਇੱਕ ਮਿੰਟ। ਇੱਥੇ ਨਾ ਮੈਂ ਨਾ ਕਿਸੇ ਬੰਦੇ ਕੋਲ ਪੈਸੇ ਫੜਨੇ ਥੋੜ੍ਹੇ, ਹੈ ਨਾ? ਠੀਕ ਹੈ, ਇੱਥੇ ਰੁਕੋ ਇੱਕ ਮਿੰਟ, ਮੈਂ ਹੁਣੇ ਆਇਆ। ਠੀਕ ਵੀਰੇ, ਸਮਾਨ ਦੇ ਮੈਨੂੰ, ਤੋੜ ਬੋਲ ਲੱਗੀ ਹੈ। ਸਮਾਨ ਦੇ ਦੇਣਾ ਜਿਹੜਾ ਮੇਰਾ ਵਾਅਦਾ ਕੀਤਾ ਸੀ ਪੂਰਾ ਕੀਤਾ। ਆਹੋ ਕੀਤਾ, ਇਹ ਬਾਹਰ ਖੜੀ ਹੈ, ਛੇਤੀ ਮੈਨੂੰ ਸਮਾਨ ਦੇ। ਦਿਖਾ ਪਹਿਲਾਂ ਮੈਂ, ਆਹੋ ਬਾਹਰ ਖੜੀ ਹੈ, ਦੇ ਸਮਾਨ ਯਾਰ ਛੇਤੀ। ਜਾ ਫਟਾਫਟ ਜਾ। ਉਹ ਨਸ਼ਾ ਨਾ ਜਿਹੜਾ ਮਗਰੋਂ ਨਾ ਇਹਨੇ ਨਸ਼ੇ ਦੀ ਓਵਰਡੋਜ਼ ਲੈ ਲਈ, ਅਤੇ ਓਵਰਡੋਜ਼ ਕਰਕੇ ਇਹਦੇ ਨਾਲ ਹੀ ਡੈਥ ਹੋ ਗਈ। ਇਹੀ ਗੱਲ ਦਾ ਉਹਦੀ ਮਾਂ ਨੂੰ ਸਦਮਾ ਲੱਗ ਗਿਆ ਅਤੇ ਵਿਚਾਰੀ ਪਾਗਲ ਹੋ ਗਈ। ਆਹ ਸੀ ਇਹਨਾਂ ਦੀ ਕਹਾਣੀ। ਓਹੋ, ਦੇਖੋ ਵੀ ਰੱਬ ਵੱਲੋਂ ਚਲੋ ਔਲਾਦ ਤਾਂ ਬਖਸ਼ੀ ਜਾਂਦੀ ਹੈ, ਹਰੇਕ ਨੂੰ ਬਖਸ਼ੀ ਜਾਂਦੀ ਹੈ। ਹੁਣ ਬੰਦਾ ਮੰਗਦਾ ਰੱਬ ਕੋਲੋਂ ਵੀ ਮੈਨੂੰ ਵਧੀਆ ਪੁੱਤਰ ਦੀ ਦਾਤ ਬਖਸ਼ੇ ਜਾਂ ਧੀ ਦੀ ਦਾਤ ਬਖਸ਼ੇ। ਉਸ ਤੋਂ ਬਾਅਦ ਜੇ ਆਪਾਂ ਹੀ ਬੱਚੇ ਨੂੰ ਬਹੁਤ ਜ਼ਿਆਦਾ ਆਪਣੇ ਸਿਰ ਚੜਾ ਲੈਂਦੇ, ਉਹਨੂੰ ਨਿੱਕੇ ਹੁੰਦੇ ਤੋਂ ਇੰਨੀਆਂ ਫੈਸਿਲਿਟੀਆਂ ਦੇ ਦਿੰਦੇ ਹਾਂ, ਉਹਦੇ 'ਤੇ ਕੋਈ ਉਹਨੂੰ ਤੁਹਾਡਾ ਡਰ ਨਹੀਂ ਹੁੰਦਾ। ਸੋ ਐਂਡ 'ਤੇ ਦੇਖੋ ਤੁਸੀਂ ਆਹ ਹਾਲ ਹੁੰਦਾ। ਹੁਣ ਦੇਖੋ ਤੁਸੀਂ, ਤੁਹਾਡੇ ਸਾਹਮਣੇ ਹੀ ਆ, ਬੱਚੇ ਨੇ ਕਿੰਨਾ ਦੁਖੀ ਕੀਤਾ, ਮਾਂ 'ਚ ਪਾਗਲ ਹੋ ਗਈ। ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ।